ਯੋਗ ਦਾ ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਇਹ ਆਯੁਰਵੇਦ ਦਾ ਅਭਿੰਨ ਅੰਗ ਹੈ, ਅਤੇ ਉਹਦੇ ਨਾਲ ਹੀ ਉਹਨੇ ਕਿਉਂਕਿ ਆਯੁਰਵੇਦ ਦੀ ਜਿਹੜੀਆਂ ਦਵਾਈਆਂ ਨੇ ਉਹਦੇ ਨਾਲ ਅਸੀਂ ਸਰੀਰਿਕ ਕਰਦੇ ਹਾਂ ਬੈਲੈਂਸ, ਅਤੇ ਯੋਗ ਜਿਹੜਾ ਉਹ ਮਾਨਸਿਕ ਅਤੇ ਸਰੀਰਿਕ ਉਹਨਾਂ ਦੋਨਾਂ ਨੂੰ ਅਲਾਈਨ ਕਰਕੇ ਤੁਹਾਡੀ ਪੂਰੀ ਮੈਂਟਲ ਹੈਲਥ ਨੂੰ ਤੁਹਾਨੂੰ ਬੈਲੈਂਸ ਕਰਕੇ ਇੱਕ ਗੁੱਡ ਸਿਟੀਜ਼ਨ ਕਹਿ ਲਓ ਬਣਦੇ ਹਾਂ ਆਪਾਂ, ਕਿਉਂਕਿ ਜਦੋਂ ਤੁਹਾਡਾ ਮੈਨ ਬੈਲੈਂਸ ਹੁੰਦਾ ਆ ਤੁਸੀਂ ਓਵਰਆਲ ਸੋਸਾਇਟੀ ਬਾਰੇ ਅੱਛਾ ਸੋਚਦੇ ਹੋ, ਅੱਛਾ ਕਰ ਸਕਦੇ ਹੋ, ਤੁਹਾਡੀ ਹੈਲਥ ਅੱਛੀ ਹੋਏਗੀ, ਤੁਸੀਂ ਓਵਰਆਲ ਕੰਮ ਜਿਹੜਾ ਕਰਦੇ ਹੋ ਉਹ ਤੁਹਾਡੇ ਗਰੋਥ ਵਾਸਤੇ ਅੱਛਾ, ਆਪਣੀ ਗਰੋਥ ਲਈ, ਸੋਸਾਇਟੀ ਦੀ ਗਰੋਥ ਲਈ, ਹਰੇਕ ਲਈ ਬਹੁਤ ਅੱਛਾ ਹੈ। ਇਸ ਕਰਕੇ ਯੋਗ ਬਹੁਤ ਜ਼ਰੂਰੀ ਹੈ ਤੁਹਾਡੇ ਮੈਂਟਲ ਬੈਲੈਂਸ ਲਈ, ਤੁਹਾਡੇ ਫਿਜ਼ੀਕਲ ਬੈਲੈਂਸ ਲਈ, ਅਤੇ ਇਹ ਸਾਨੂੰ ਰੈਗੂਲਰ ਕਰਨਾ ਚਾਹੀਦਾ ਕਿਉਂਕਿ ਇਹਦਾ ਅਸਰ ਹੌਲੀ ਹੌਲੀ ਹੁੰਦਾ ਲੇਕਿਨ ਉਹ ਬਹੁਤ ਲੰਬਾ ਚੱਲਦਾ ਹੈ ਤੁਹਾਡੇ ਯੂਥ ਵਾਸਤੇ, ਓਲਡ ਏਜ ਵਾਸਤੇ, ਬੱਚਿਆਂ ਦੀ ਹਾਈਟ ਵਾਸਤੇ, ਐਂਡ ਜਿਹੜਾ ਅਗਰੈਸਿਵ ਨੇਚਰਸ ਨੇ, ਸਕਰੀਨ ਟਾਈਮਸ ਜ਼ਿਆਦਾ ਨੇ, ਉਹਨਾਂ ਸਾਰਿਆਂ 'ਚ ਜਿਹੜਾ ਅੱਜ ਕੱਲ੍ਹ ਬਹੁਤ ਅਗਰੈਸ਼ਨ ਆ ਰਿਹਾ, ਉਹਨੂੰ ਸਾਰੀਆਂ ਚੀਜ਼ਾਂ ਨੂੰ ਲੈਵਲ ਕਰਨ ਲਈ, ਇੱਕ ਬੈਲੈਂਸ ਕਰਨ ਲਈ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਟਾਈਮ ਵਿੱਚ, ਬੱਚਿਆਂ ਦੇ ਉੱਤੇ ਪ੍ਰੈਸ਼ਰ ਇੰਨਾ ਸਟੱਡੀਜ਼ ਦਾ, ਉਹਦੇ ਕਰਕੇ ਬਹੁਤ ਜ਼ਰੂਰੀ ਹੈ। ਆਈ ਹੋਪ ਕਿ ਵੀ ਬੱਚੇ ਇਹਨਾਂ ਨਾਲ ਜੁੜਨ, ਜਿੰਨੀ ਜ਼ਿਆਦਾ ਜੁੜਨਗੇ ਉਨਾ ਜ਼ਿਆਦਾ ਸਾਡੀ ਸੋਸਾਇਟੀ ਦੀ ਬੈਟਰਮੈਂਟ ਹੋਰ ਜ਼ਿਆਦਾ ਹੋਏਗੀ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਹਾਂਜੀ, ਅੱਜ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਹੈ, ਬਹੁਤ ਜ਼ਿਆਦਾ ਮਾਨਸਿਕ ਸ਼ਾਂਤੀ ਮਿਲਦੀ ਹੈ, ਸਰੀਰਿਕ ਮਾਨਸਿਕ ਬੈਲੈਂਸ ਵਾਸਤੇ ਯੋਗਾ ਕੀਤਾ ਜਾਂਦਾ। ਓਵਰਆਲ ਬਹੁਤ ਹਰ ਪਾਸੋਂ, ਹਰ ਐਸਪੈਕਟ ਆਫ ਲਾਈਫ ਤੋਂ ਬਹੁਤ ਬੈਨੀਫਿਸ਼ੀਅਲ ਹੈ, ਫਿਜ਼ੀਕਲੀ, ਮੈਂਟਲੀ, ਸੋਸ਼ਲੀ, ਹਰ ਪਾਸੋਂ ਬਹੁਤ ਵਧੀਆ। ਐਡਮਿਨਿਸਟ੍ਰੇਸ਼ਨ ਨੇ ਬਹੁਤ ਅੱਛੇ ਅਰੇਂਜਮੈਂਟ ਕੀਤੇ ਨੇ, ਬਹੁਤ ਵਧੀਆ ਹੋ ਰਿਹਾ, ਸਾਡੇ ਡਿਪਾਰਟਮੈਂਟ ਵੱਲੋਂ ਵੀ ਸਾਰੇ ਆਏ ਆ, ਸਾਡੇ ਸਟਾਫ ਸਾਰੇ ਮੈਂਬਰਸ ਆਏ। ਯੋਗ ਦਾ ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਇਹ ਆਯੁਰਵੇਦ ਦਾ ਅਭਿੰਨ ਅੰਗ ਹੈ, ਅਤੇ ਉਹਦੇ ਨਾਲ ਹੀ ਉਹਨੇ ਕਿਉਂਕਿ ਆਯੁਰਵੇਦ ਦੀ ਜਿਹੜੀਆਂ ਦਵਾਈਆਂ ਨੇ ਉਹਦੇ ਨਾਲ ਅਸੀਂ ਸਰੀਰਿਕ ਕਰਦੇ ਹਾਂ ਬੈਲੈਂਸ, ਅਤੇ ਯੋਗ ਜਿਹੜਾ ਉਹ ਮਾਨਸਿਕ ਅਤੇ ਸਰੀਰਿਕ ਉਹਨਾਂ ਦੋਨਾਂ ਨੂੰ ਅਲਾਈਨ ਕਰਕੇ ਤੁਹਾਡੀ ਪੂਰੀ ਮੈਂਟਲ ਹੈਲਥ ਨੂੰ ਤੁਹਾਨੂੰ ਬੈਲੈਂਸ ਕਰਕੇ ਇੱਕ ਗੁੱਡ ਸਿਟੀਜ਼ਨ ਕਹਿ ਲਓ ਬਣਦੇ ਹਾਂ ਆਪਾਂ, ਕਿਉਂਕਿ ਜਦੋਂ ਤੁਹਾਡਾ ਮੈਨ ਬੈਲੈਂਸ ਹੁੰਦਾ ਆ ਤੁਸੀਂ ਓਵਰਆਲ ਸੋਸਾਇਟੀ ਬਾਰੇ ਅੱਛਾ ਸੋਚਦੇ ਹੋ, ਅੱਛਾ ਕਰ ਸਕਦੇ ਹੋ, ਤੁਹਾਡੀ ਹੈਲਥ ਅੱਛੀ ਹੋਏਗੀ, ਤੁਸੀਂ ਓਵਰਆਲ ਕੰਮ ਜਿਹੜਾ ਕਰਦੇ ਹੋ ਉਹ ਤੁਹਾਡੇ ਗਰੋਥ ਵਾਸਤੇ ਅੱਛਾ, ਆਪਣੀ ਗਰੋਥ ਲਈ, ਸੋਸਾਇਟੀ ਦੀ ਗਰੋਥ ਲਈ, ਹਰੇਕ ਲਈ ਬਹੁਤ ਅੱਛਾ ਹੈ। ਇਸ ਕਰਕੇ ਯੋਗ ਬਹੁਤ ਜ਼ਰੂਰੀ ਹੈ ਤੁਹਾਡੇ ਮੈਂਟਲ ਬੈਲੈਂਸ ਲਈ, ਤੁਹਾਡੇ ਫਿਜ਼ੀਕਲ ਬੈਲੈਂਸ ਲਈ, ਅਤੇ ਇਹ ਸਾਨੂੰ ਰੈਗੂਲਰ ਕਰਨਾ ਚਾਹੀਦਾ ਕਿਉਂਕਿ ਇਹਦਾ ਅਸਰ ਹੌਲੀ ਹੌਲੀ ਹੁੰਦਾ ਲੇਕਿਨ ਉਹ ਬਹੁਤ ਲੰਬਾ ਚੱਲਦਾ ਹੈ ਤੁਹਾਡੇ ਯੂਥ ਵਾਸਤੇ, ਓਲਡ ਏਜ ਵਾਸਤੇ, ਬੱਚਿਆਂ ਦੀ ਹਾਈਟ ਵਾਸਤੇ, ਐਂਡ ਜਿਹੜਾ ਅਗਰੈਸਿਵ ਨੇਚਰਸ ਨੇ, ਸਕਰੀਨ ਟਾਈਮਸ ਜ਼ਿਆਦਾ ਨੇ, ਉਹਨਾਂ ਸਾਰਿਆਂ 'ਚ ਜਿਹੜਾ ਅੱਜ ਕੱਲ੍ਹ ਬਹੁਤ ਅਗਰੈਸ਼ਨ ਆ ਰਿਹਾ, ਉਹਨੂੰ ਸਾਰੀਆਂ ਚੀਜ਼ਾਂ ਨੂੰ ਲੈਵਲ ਕਰਨ ਲਈ, ਇੱਕ ਬੈਲੈਂਸ ਕਰਨ ਲਈ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਟਾਈਮ ਵਿੱਚ, ਬੱਚਿਆਂ ਦੇ ਉੱਤੇ ਪ੍ਰੈਸ਼ਰ ਇੰਨਾ ਸਟੱਡੀਜ਼ ਦਾ, ਉਹਦੇ ਕਰਕੇ ਬਹੁਤ ਜ਼ਰੂਰੀ ਹੈ। ਆਈ ਹੋਪ ਕਿ ਵੀ ਬੱਚੇ ਇਹਨਾਂ ਨਾਲ ਜੁੜਨ, ਜਿੰਨੀ ਜ਼ਿਆਦਾ ਜੁੜਨਗੇ ਉਨਾ ਜ਼ਿਆਦਾ ਸਾਡੀ ਸੋਸਾਇਟੀ ਦੀ ਬੈਟਰਮੈਂਟ ਹੋਰ ਜ਼ਿਆਦਾ ਹੋਏਗੀ। ਹਾਂਜੀ, ਅੱਜ
ਅੱਜ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਹੈ। ਬਹੁਤ ਜ਼ਿਆਦਾ ਮਾਨਸਿਕ ਸ਼ਾਂਤੀ ਮਿਲਦੀ ਹੈ, ਸਰੀਰਕ ਮਾਨਸਿਕ ਬੈਲੈਂਸ ਵਾਸਤੇ ਯੋਗਾ ਕੀਤਾ ਜਾਂਦਾ। ਓਵਰਆਲ ਬਹੁਤ ਹਰ ਪਾਸੋਂ ਹਰ ਐਸਪੈਕਟ ਆਫ ਲਾਈਫ ਤੋਂ ਬਹੁਤ ਬੈਨੀਫਿਸ਼ੀਅਲ ਹੈ, ਫਿਜ਼ੀਕਲੀ ਮੈਂਟਲੀ ਸੋਸ਼ਲੀ ਹਰ ਪਾਸੋਂ ਬਹੁਤ ਵਧੀਆ। ਐਡਮਿਨਿਸਟ੍ਰੇਸ਼ਨ ਨੇ ਬਹੁਤ ਅੱਛੇ ਅਰੇਂਜਮੈਂਟ ਕੀਤੇ ਨੇ, ਬਹੁਤ ਵਧੀਆ ਹੋ ਰਿਹਾ। ਸਾਡੇ ਡਿਪਾਰਟਮੈਂਟ ਵੱਲੋਂ ਵੀ ਸਾਰੇ ਆਏ ਆ, ਸਾਡੇ ਸਟਾਫ ਸਾਰੇ ਮੈਂਬਰਸ ਆਏ।